ਤਾਂ ਐਂ ਲੱਗਦਾ ਇੰਡੀਅਨ ਢਾਬਾ ਨਹੀਂ ਹੁੰਦਾ ਪੰਜਾਬੀ ਢਾਬਾ ਹੀ ਬਣਾ ਕੇ ਦੇਖੀ। ਆਪਾਂ ਆਪਣੀਆਂ ਜਿਹੀਆਂ ਲੂਣ ਦੀਆਂ। ਸਤਿ ਸ਼੍ਰੀ ਅਕਾਲ ਜੀ, ਅੱਜ ਦਾ ਵਲੋਗ ਕਰਦੇ ਹਾਂ ਸ਼ੁਰੂ ਅਤੇ ਚਲੋ ਲੈਟਸ ਗੋ। ਇਹ ਆ ਜੀ ਖਾਵੀਆ ਬੀਚ, ਸਭ ਤੋਂ ਖਾਵੀਆ ਦੀ ਉੱਚੀ ਪਹਾੜੀ ਜਿਹਨੂੰ ਮੋਂਗੋ ਕਹਿੰਦੇ ਨੇ। ਅਤੇ ਇਹ ਆ ਛੋਟੀ ਜਿਹੀ ਖਾਵੀਆ ਦੀ ਬੀਚ, ਸੋਹਣੀ ਬੜੀ ਹੈ। ਇੱਦੂ ਬਾਅਦ ਮੈਂ ਤੁਹਾਨੂੰ ਖਾਵੀਆ ਦੀ ਫਿਰਨੀ ਵਹਾਨਾ, ਮਤਲਬ ਫਿਰਨੀ ਜਿੱਥੇ ਸਭ ਤੋਂ ਸੋਹਣੇ ਘਰ ਨੇ ਖਾਵਿਆ ਦੇ। ਇਹਦਾ ਨਾਮ ਸ਼ੁਰੂ ਹੁੰਦਾ ਜੇ ਨਾਲ, ਅਤੇ ਪਰ ਇੰਗਲਿਸ਼ ਦੇ ਹਿਸਾਬ ਨਾਲ ਜੇ ਨਾਲ ਪੜ੍ਹਿਆ ਜਾਵੇ ਤਾਂ ਜਾਵਿਆ ਹੈ, ਅਤੇ ਸਪੈਨਿਸ਼ ਦੇ ਹਿਸਾਬ ਨਾਲ ਪੜ੍ਹਿਆ ਜਾਵੇ ਤਾਂ ਸਪੇਨ ਦੇ ਹਿਸਾਬ ਨਾਲ ਖਾਵਿਆ ਹੈ। ਆ ਛੋਟੀ ਜਿਹੀ ਬੀਚ ਪਰ ਬਹੁਤ ਸੋਹਣੀ ਅਤੇ ਬਹੁਤ ਕੰਮ ਕਰ ਰਹੀ। ਇੱਥੇ ਇੱਥੇ ਸੀ ਉਹ ਰੈਸਟੋਰੈਂਟ ਪਹਿਲਾਂ, ਹੁਣ ਬੰਦ ਹੈ। ਇਸ ਟਾਈਮ ਜਿੱਥੇ ਮੈਂ ਕੰਮ ਕੀਤਾ 2014 'ਚ, ਮੈਂ ਆਪਣੀ ਵੀਡੀਓ 'ਚ ਸਾਰੀ ਜ਼ਿਕਰ ਕੀਤਾ, 2014 'ਚ ਮੈਂ ਕੰਮ ਕੀਤਾ ਸੀ ਅਤੇ ਸੈਲਰੀ ਵਾਲੀ ਵੀਡੀਓ 'ਚ ਜਦੋਂ ਮੈਂ ਕਿਹਾ ਵੀ ਮੈਂ 1800 ਤੱਕ ਕਮਾਇਆ, ਉਹ ਇਸ ਰੈਸਟੋਰੈਂਟ 'ਤੇ ਮੈਂ ਕੰਮ ਕਰਕੇ ਕਮਾਇਆ ਸੀ। ਅਤੇ ਆਹ ਸਾਰਾ ਖਾਵੀਆ ਬੀਚ ਆ, ਇਹਦਾ ਇਤਿਹਾਸ ਲਿਖਿਆ ਅਰੇ ਨਾਲ ਕਹਿੰਦੇ ਨੇ ਵੈਸੇ, ਜਿਹੜੇ ਇਸ ਟਾਈਮ ਆਪਾਂ ਜਗ੍ਹਾ 'ਤੇ ਖੜ੍ਹੇ ਹਾਂ ਹੁਣ ਤੋਂ ਦੇ ਲਾਰੇ ਨਾਲ। ਆਏ ਮੀਰਾਦੋਰ ਦੇ ਖਾਵੀਆ, ਐਕਸ ਨਾਲ ਪਾਉਂਦੇ ਨੇ ਕਿਉਂਕਿ ਵਲੰਸੀਆਨੋ 'ਚ ਲਿਖਿਆ, ਅਤੇ ਜੇ ਨਾਲ ਜਦੋਂ ਪਾਉਂਦੇ ਨੇ ਤਾਂ ਉਹ ਸਮਝ ਲਓ ਸਪੈਨਿਸ਼ ਲਿਖਿਆ। ਆ ਵਲੰਸੀਆਨੋ, ਆ ਕਸਤੇਆਨੋ ਮਤਲਬ ਸਪੈਨਿਸ਼, ਅਤੇ ਇੰਗਲਿਸ਼ 'ਚ ਇਹਦਾ ਇਤਿਹਾਸ ਲਿਖਿਆ ਸਾਰਾ, ਇਹਦੇ ਬਾਰੇ ਲਿਖਿਆ। ਇਹਦੇ ਜਦੋਂ ਮੈਂ ਪੁਰਾਣੀਆਂ ਫੋਟੋਆਂ ਵੇਖੀਆਂ ਨੇ, ਜਿੱਥੇ ਆ ਬੀਚ ਵੇਖਦੇ ਪਏ ਤੁਸੀਂ, ਇੱਥੇ ਪਹਿਲਾਂ ਸੰਤਰਿਆਂ ਦੇ ਜਿੱਥੇ ਘਰ ਨੇ ਬੀਚ ਤੋਂ ਥੋੜ੍ਹੀ ਪਿਛਾਂ, ਸੋਰੀ, ਸੰਤਰੇ ਸੁੰਤਰੇ ਲੱਗੇ ਹੁੰਦੇ ਹਨ। ਇਹਦੀ ਫੋਟੋ ਮੈਂ ਵਿਖਾਵਾਂਗਾ ਤੁਹਾਨੂੰ ਕਿਤੇ ਜੇ ਲੱਭੀ। ਸੰਤਰਿਆਂ ਦੇ ਖੇਤ ਹੁੰਦੇ ਹਨ, ਅਤੇ ਹੌਲੀ 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 ਲੋਕਾਂ ਦਾ, ਟੂਰਿਸਟ ਦਾ ਰੁਝਾਨ ਵੱਧ ਗਿਆ। ਕਿਸੇ ਨੇ ਸੋਚਿਆ ਹੋਣਾ ਵੀ ਇਹਨੂੰ ਇੱਦਾਂ ਬੀਚ ਬਣਾਈਏ ਅਤੇ ਫੇਮਸ ਹੋ ਗਈ, ਅਤੇ ਜ਼ਿਆਦਾਤਰ ਇੱਥੇ ਲੋਕ ਇੰਗਲੈਂਡ ਦੇ ਹੁੰਦੇ। ਸਾਡੇ ਉੱਥੇ ਗਾਂਧੀ ਵਾਲੀ ਬੀਚ ਹੈ, ਉੱਥੇ ਤਕਰੀਬਨ ਨੈਸ਼ਨਲ, ਆਪਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਨੈਸ਼ਨਲ ਗਾ ਕੇ ਮੈਡ੍ਰਿਡ ਤੋਂ ਲੋਕ ਆਪਣੇ ਕੈਪੀਟਲ ਦੇ ਲੋਕ ਜ਼ਿਆਦਾ ਆਉਂਦੇ ਨੇ, ਅਤੇ ਇੱਥੇ ਹਮੇਸ਼ਾ ਜ਼ਿਆਦਾਤਰ ਗੋਰੇ ਪਾਏ ਜਾਂਦੇ ਨੇ, ਜਿਨ੍ਹਾਂ ਨੂੰ ਗੋਰਿਆਂ ਨੂੰ ਆਪਾਂ ਮਤਲਬ ਗੋਰੇ ਕਹਿਣ ਤੋਂ ਭਾਵ ਜਿਹੜੇ ਆਪਾਂ ਕਹਿੰਦੇ ਨੇ ਇੰਗਲੈਂਡ ਤੋਂ ਇੰਗਲੈਂਡੀਏ, ਜ਼ਿਆਦਾਤਰ ਇਸ ਬੀਚ 'ਤੇ ਘੁੰਮਣਾ ਪਸੰਦ ਕਰਦੇ ਨੇ। ਇੱਕ ਇਹ ਬੀਚ ਹੈ, ਇੱਕ ਬੈਨੀਦੋਰਮ ਵਾਲੀ ਬੀਚ ਹੈ, ਅਤੇ ਇੱਕ ਦੇਨੀਆ ਜਿੱਥੇ ਤੁਹਾਨੂੰ ਜ਼ਿਆਦਾ ਗੋਰੇ ਮਿਲਣਗੇ। ਇਸ ਕਰਕੇ ਹਨੇਰਾ ਦਿੱਤਾ, ਜਿਹੜੇ ਸਾਰੇ ਲੈਣਾ ਨੇ ਰੈਸਟੋਰੈਂਟ ਹੀ ਨੇ, ਇੱਥੇ ਰੈਸਟੋਰੈਂਟਾਂ ਦੇ ਕੰਮ ਜ਼ਿਆਦਾ। ਅਤੇ ਤਕਰੀਬਨ ਸਾਰੇ ਇੱਥੇ ਰੈਸਟੋਰੈਂਟ ਨੇ, ਰੈਸਟੋਰੈਂਟ ਦੇ ਉੱਤੇ ਬਹੁਤ ਕੰਮ, ਆਪਣੇ ਪੰਜਾਬੀ ਵੀ ਹੈਗੇ ਨੇ ਇੱਥੇ। ਇੱਕ ਫੈਮਿਲੀ ਸਾਡੇ ਏਰੀਏ ਦੀ, ਆਪਣੇ ਦੀ, ਸਾਡੇ ਰਿਸ਼ਤੇਦਾਰ ਨੇ ਵੀਰ ਹੁਣੀ, ਅਤੇ ਇੱਕ ਮੁੰਡਾ ਆਪਣਾ ਮੇਰਾ ਯਾਰ ਦੋਸਤ ਜਿਹੜਾ ਉੱਧਰ ਆਪਣੇ ਹਜ਼ੂਰ ਸਾਹਿਬ ਵਾਲੀ ਸਾਈਡ ਦੇ ਨੇ, ਇੱਕ ਵੀਰ ਆਪਣੇ ਇੱਧਰ ਅੰਮ੍ਰਿਤਸਰ ਸਾਹਿਬ ਜਲੰਧਰ ਸਾਈਡ ਦੇ ਨੇ, ਅਤੇ ਬਾਕੀ ਪਾਕਿਸਤਾਨ ਤੋਂ ਵੀ ਬਹੁਤ ਨੇ ਇੱਥੇ ਸ਼ਹਿਰ ਦੀ। ਇੱਕ ਖਾਸੀਅਤ ਹੈ, ਇੱਥੇ ਤੁਹਾਨੂੰ ਕੰਮ ਮਿਲ ਜਾਏਗਾ, ਪਰ ਇੱਥੇ ਤੁਹਾਨੂੰ ਰਿਹਾਇਸ਼ ਬੜੀ ਔਖੀ ਮਿਲਦੀ ਹੈ। ਬਹੁਤ ਲੋਕਾਂ ਨੂੰ ਇੱਥੇ ਕੰਮ ਮਿਲ ਜਾਂਦਾ, ਪਰ ਰਿਹਾਇਸ਼ ਦੇਖਣੋ ਰਿਹਾਇਸ਼ ਦੇ ਚੱਕਰ ਕਰਕੇ ਫਿਰ ਛੱਡ ਕੇ ਜਾਣਾ ਪੈਂਦਾ, ਮਤਲਬ ਕੰਮ ਨਹੀਂ, ਕੰਮ ਹੈਗਾ ਪਰ ਰਿਹਾਇਸ਼ ਨਹੀਂ ਹੈਗੀ, ਘਰ ਨਹੀਂ ਹੈਗਾ, ਤਾਂ ਰਹੋਗੇ ਕਿੱਥੇ, ਹੈ ਨਾ। ਅਤੇ ਦੂਰ ਮਤਲਬ ਦੂਰ ਮਿਲਦੇ ਨੇ, ਉੱਥੋਂ ਰੋਜ਼ ਆਉਣਾ ਜਾਣਾ ਅਪ ਡਾਊਨ ਕਰਨਾ ਬਹੁਤ ਔਖਾ ਹੋ ਜਾਂਦਾ, ਇਸ ਕਰਕੇ ਕਈ ਵਾਰ ਰਿਹਾਇਸ਼ ਖੁਣੋ ਕਈਆਂ ਨੂੰ ਕੰਮ ਛੱਡ ਕੇ ਜਾਣਾ ਪੈਂਦਾ, ਮਤਲਬ ਕੰਮ ਦੀ ਹਾਂ ਹੋ ਜਾਂਦੀ ਪਰ ਰਿਹਾਇਸ਼ ਖੁਣੋ ਚਲ ਜਾਂਦੇ ਨੇ। ਇੱਥੋਂ ਦੀ ਸਭ ਤੋਂ ਫੇਮਸ ਡਿਸਕੋ ਹੈ ਆਚਿਲ, ਜਿਹੜੀ ਕਿ ਹੁਣ ਕਈ ਕਿਸੇ ਰੋਲੇ ਕਰਕੇ ਚੱਲਦਾ ਪਿਆ, ਸਰਕਾਰ ਨੇ ਇੱਥੇ ਰੋਲਾ, ਜਿਹੜਾ ਰੈਸਟੋਰੈਂਟ ਮੈਂ ਤੁਹਾਨੂੰ ਵਿਖਾਇਆ ਜਿੱਥੇ ਮੈਂ ਕੰਮ ਕਰਦਾ ਰਿਹਾ, ਉਹ ਵੀ ਬੰਦ ਸੀ ਕਿਉਂਕਿ ਟੈਰਿਸ ਤੋੜੋ ਆਉਂਦੀ ਸੀ ਸਰਕਾਰ, ਅਤੇ ਉਹ ਸਰਕਾਰ ਨਾਲ ਕੋਈ ਰੋਲਾ ਚੱਲਦਾ ਪਿਆ ਇੱਥੋਂ ਦੀ ਮਿਊਂਸੀਪਲ ਕਮੇਟੀ ਨਾਲ, ਇਸ ਕਰਕੇ ਰੈਸਟੋਰੈਂਟ ਬੰਦ ਪਏ ਨੇ ਅਤੇ ਡਿਸਕੋ ਵੀ ਬੰਦ ਪਈ ਹੈ। ਐਡੀ ਕੁ ਬੀਚ ਇੱਥੇ, ਐਡੀ ਮੇਨ ਬੀਚ ਆ ਗਈ, ਅਤੇ ਇੱਥੇ ਝੁੱਗੀਆਂ ਹੀ ਲਾਈਆਂ ਨੇ। ਇਹ ਯਾਰ ਰਾਤ ਨੂੰ ਆਏ ਨੇ, ਬੜੇ ਸੋਹਣੇ ਰਾਤ ਲੈਟਾਂ ਲੁੱਟਾਂ ਦੇ ਗਲ ਦੇ ਨਾਲ, ਕਾਲੇ ਨੇ ਲਾਈ, ਅਫਰੀਕਾ ਦੇ ਨੇ, ਬੈਗ ਬੁੱਗ ਵੇਚਦਾ। ਬਾਕੀ ਪਾਰਕਿੰਗ ਹੈ, ਅਤੇ ਉਹ ਖੱਬੇ ਬਣੇ ਐਸ ਪਾਰਕ, ਆਪਣੇ ਪਾਕਿਸਤਾਨੀ ਭਰਾਵਾਂ ਦਾ ਡੋਨਰ ਪਿਜ਼ੇਰੀਆ, ਉਹ ਸਾਹਮਣੇ ਕਠਮੰਡੂ ਨੇਪਾਲੀ ਅਤੇ ਇੰਡੀਅਨ ਰੈਸਟੋਰੈਂਟ ਹੈਗਾ, ਅਤੇ ਇਸ ਪਾਕ ਨੇ ਤਾਂ ਨਾਮ ਰੱਖਿਆ ਈ ਐੱਸ ਸਪੇਨ ਇਸਪਾਨੀਆ,
तो पाक उन्होंने पाकिस्तान रख लिया, इस करके इस पाक नाम पाया। खाविया की बीच छोटी है पर सोहनी है, पर इतने ज़्यादातर तकरीबन अपने इंग्लैंड वगैरह तो ने जड़े होंगे ने गोरे वो इतने आते ने, जी गांधी वाली है उत्थे सारे मैड्रिड वगैरह तो आते साढ़े अपने मैड्रिड लोकल गा उतों का लोकल टूरिस्ट है, इतने तकरीबन बाहर का टूरिस्ट है इंटरनेशनल टूरिस्ट है इतने, तो बहुत सोहनी है बीच। आ चलते हैं इधर, मैंने सोहना लगा एवं बीच है आड़ पत्थर वाली बीच, इतने लोग उंज इंजॉय कर आते हैं जेडे बस भी शांति रेंगे ने भी थोड़े घट लोग हो। आस पास थोड़े पानी उंज पत्थर जे ने लोग पापड़िया जी लून दियाँ लून वाला पानी जिमें समंदर का इतने पत्थर से आकर रुक जाता है, बाद च धुप नाल वैपोरेट होकर पानी उड़ जाता तो लून रह जाता, तो आ पत्थर जो भी किमें मोरिया हुई पे लून ने खाते ने जमें ना लून वाला पानी खारा होंगे जिमें खारा पानी आड़ा समुद्र का खा गया इन्होंने पत्थर। इतने बहुत टैनिस खेडते हैं खाविया खास करके, पता नहीं की गल है बहुत मशहूर है टैनिस, इतने ग्राउंडा के नाम वगैरह टैनिस तो ने, इतों के घर तो इतों की गड्डिया का बंदा अंदाजा लगा ला सकता भी कितने अमीर तरीन लोग ने, खास करके इधरले एरिए जरा एरिए मैं घूमन दिया इस टाइम सारिया तुम ओडिया मर्सडीज BMW वगैरह गड्डिया मिलनगियाँ बड़े पार्क हुई इतने बहुत सोहना बहुत ज़्यादा सोहना जिन्ना सोहना कह मैं उन्ना थोड़ा और एंड च फिर उ पत्थर वाली बीच। मैं तो इतने टहलन दिया मेरा तो जी नहीं करता इतों जाने मतलब घूमता फिरता, मैं जिन्ना चर हजे काम शुरू नहीं किया तो उन्ना चर बंदा एवं करते हैं भी घूम फिर ली अंदर वेखो ला बहुत सोहने सोहने एरिए ने तोरे मोरा मतलब घर बहुत सोहने ने इतों के जी लगता इतने जे खास करके काम हो नाल काम हो आ गया मैं पूरे एंड ते दूगे गड्डिया नहीं जांदियां, जे मैं तुर के जाना चाहवा तो जा सकता वा ए साइड नाल उह तक पत्थर वाली बीच, उदू बाद दूजी बीच शुरू हो जी रेते वाली बीच नॉर्मल बीच ओ लाइट हाउस उत्थे बहुत लोग जांदे ने, असीं तुर के गए हाँ एक बारी इत्थे अग लगी सी 2015-16 की गल है, तो वह पहाड़ा तो हजे तक तां रुख रुख नहीं है, उधरों दी विचों दी ना असीं तुर के विचों चढ़ के गए हाँ उत्ते सानूं वाहवा टाइम लग गया सी, वेखण नूं छोटी जी लगती है बड़े उच्ची बहुत है वह मौनगो की पहाड़ी है। बीच के उत्ते इहो जे घर होण है ना तो किहदा ना दिल लगेगा, मतलब गेट मैं तो अपने डेरिया डूरिया की याद आ जाती जो यह जे घर वेखदा ना, मैं कहना भी कोई नहीं यहो जी घर लवे जो लवे डेरिया वगू सोने खुले शांत माहौल तो हरियाली हरियाली तुम नोट करो बड़ी है, इतने जिते मर्जी तुर जाओ स्पेन के हर थान से हरियाली हरियाली। आड़ा घर ही ने सारे आड़े इन्नी वीडियो रिकॉर्ड कर ला थोड़ी है क्योंकि हर चीज़ सोहनी है शहर की, सोहनिया बिल्डिंगा ने सोहने घर ने